अस्सलाम वालेकुम प्यारे व्यूवर्स, कैसे हैं आप सब। उम्मीद करती हूँ आप सब ठीक ठाक होंगे। तो ये देखें जी, ये मोबाइल है जो मैंने आपको कहा था ना कि जब ये ठीक करवाना होगा ना तो मैं भी साथ ज़रूर जाऊँगी, मेरी भी आउटिंग हो जाएगी। ज़रा घर में रह रह के ना वैसे मैं अक जाती हूँ, थक जाती हूँ। सारी बात है, एक कमरे का हमारा घर है जिसमें हम रहते हैं और मुझे ना फिर बड़ा ना वो अजीब सा फील होता है। तो चलें जी जाते हैं हम। ये देखिए परिंदों को लाइट लगा के दिए, निग भी रहेगा उन्होंने, रोशनी भी रहेगी। तो यह सीढ़ियाँ ने थले नू जाण दा रस्ता है क्योंकि मकान है छत दे उत्ते। तो मैं क्या चलो हुण जाने हैं नाल, टॉर्च ऑन कर लिए कि सीढ़ियाँ दे विच बाजी ना पै जाए मोबाइल दी। तो चलो हुण मैं ना इहनू लाइट नू क्लोज़ कर लैनी आ ते जानी आ जी इहनां दे पापा दे नाल। बच्चे घर ही रहणगे ते ओह घर बह के ना कार्टून शार्टून वेखदे रहणगे। इहनां रस्ता भी लंबा नहीं है ते बच्चिआं ने फरमाइश कीती सी कि साडे लई बर्गर लिआउणा, ते वेखो फिर ओह वी लिआ पाउंदे आ कि नहीं। बाकी अल्लाह दा नाम लै के जाने आ ते सही सलामत जाइए ते सही सलामत मुड़ के आइए, ठीक है। ते चलो जी हुण मैं उतर के ते बैठण दी करनी आ कोशिश। ਅਤੇ ਚਲੋ ਜੀ ਮਾਸ਼ਾਅੱਲਾ ਜੀ, ਇੱਥੋਂ ਸਾਡਾ ਰਸਤਾ ਹੋ ਗਿਆ ਹੈ ਜੀ ਸਟਾਰਟ। ਇਹਨਾਂ ਦੇ ਪਾਪਾ ਨੇ ਨਾ ਮੋਟਰਸਾਈਕਲ ਮੋੜ ਲਈ ਹੈ ਕਿਉਂਕਿ ਮੋਟਰਸਾਈਕਲ ਦਾ ਮੂੰਹ ਸੀ ਪਰੇ ਨੂੰ ਅਤੇ ਅਸੀਂ ਜਾਣਾ ਉਰੇ ਨੂੰ ਇਸ ਵਜ੍ਹਾ ਤੋਂ। ਹੁਣ ਤੁਹਾਨੂੰ ਵਹਾਵਾਂਗੇ ਜੀ ਬਾਜ਼ਾਰ ਦੀਆਂ ਰੌਣਕਾਂ। ਅਤੇ ਇਹ ਵੇਖੋ ਜੀ ਬਾਜ਼ਾਰ ਕਿੰਨਾ ਰੌਣਕ ਮੇਲਾ ਲੱਗਾ ਹੈ। ਲੋਕ ਤਰ੍ਹਾਂ ਤਰ੍ਹਾਂ ਦੇ ਆਪਣੇ ਜਿਹੜੇ ਵੀ ਸ਼ੋਭੇ 'ਚ ਹੈ ਉਹ ਸਾਰੇ ਆਪਣੇ ਕੰਮ ਕਾਰ ਕਰ ਰਹੇ ਨੇ। ਅਤੇ ਇੱਕ ਗੱਲ ਮੈਂ ਨੋਟ ਜਿਹੜੀ ਕੀਤੀ ਹੈ ਨਾ ਉਹ ਪਤਾ ਕੀ ਸੀ, ਵੀ ਜੁੱਤੇ ਬੜੇ ਲੱਗੇ ਨੇ। ਸਭ ਤੋਂ ਪਹਿਲੇ ਗਏ ਸਾਂ ਮੋਬਾਈਲਾਂ ਵਾਲੀ ਦੁਕਾਨ 'ਤੇ ਅਤੇ ਮੋਬਾਈਲਾਂ ਵਾਲੀ ਦੁਕਾਨ ਸੀ ਬੰਦ। ਅਸੀਂ ਆ ਕੇ ਵਾਪਸ ਅਤੇ ਆ ਕੇ ਅਸੀਂ ਲਿਆਏ ਨੇ ਬਰਗਰ ਬੱਚਿਆਂ ਦੇ ਲਈ ਕਿ ਚਲੋ ਬੱਚੇ ਖਾ ਲੈਣਗੇ। ਇਹ ਸ਼ੌਪ ਨਵੀਂ ਬਣੀ, ਟਰਾਈ ਕਰਨੇ ਆ ਅਤੇ ਵੇਖਦੇ ਹਾਂ ਕੀ ਟੇਸਟ ਹੋਏਗਾ ਕੀ ਨਹੀਂ ਹੋਏਗਾ। ਕਿਉਂਕਿ ਸਾਰੀ ਗੱਲ ਹੈ ਅਗਰ ਬੰਦਾ ਘਰੋਂ ਬਾਹਰ ਨਿਕਲੇ ਅਤੇ ਬੱਚਿਆਂ ਵਾਲੀ ਚੀਜ਼ ਚੂਜ਼ ਨਾ ਨਾ ਲੈ ਕੇ ਜਾਏ ਤਾਂ ਅੱਛੀ ਗੱਲ ਨਹੀਂ ਹੁੰਦੀ। ਅਤੇ ਦੋ ਬਰਗਰ ਅਸੀਂ ਲੈ ਲਏ ਨੇ ਇੱਥੇ, ਕਾਫੀ ਇੰਤਜ਼ਾਰ ਸਾਨੂੰ ਕਰਨਾ ਪਿਆ ਅਸੀਂ ਬਰਗਰ ਲੈਂਦਿਆਂ, ਲੇਕਿਨ ਤੁਹਾਨੂੰ ਪਤਾ ਸਬਰ ਦਾ ਫਲ ਮਿੱਠਾ ਹੁੰਦਾ ਹੈ। ਅਤੇ ਬਰਗਰ ਲੈਣ ਤੋਂ ਬਾਅਦ ਸਿੱਧੇ ਹੀ ਅਸੀਂ ਆ ਗਏ ਜੀ ਮੋਬਾਈਲਾਂ ਵਾਲੀ ਦੁਕਾਨ ਦੇ ਉੱਤੇ। ਕਿਉਂਕਿ ਜਦੋਂ ਅਸੀਂ ਪਹਿਲੇ ਆਏ ਸੀ ਨਾ ਤਾਂ ਉਹਨਾਂ ਕਿਹਾ ਸੀ ਕਿ ਭਾਈ ਘਰ ਗਏ ਨੇ ਖਾਣਾ ਖਾਣ, ਅਤੇ ਇਸ ਵਜ੍ਹਾ ਤੋਂ ਫਿਰ ਅਸੀਂ ਵਾਪਸ ਚਲੇ ਗਏ ਸਾਂ। ਅਤੇ ਅਸੀਂ ਕਿਹਾ ਚਲੋ ਅਸੀਂ ਬਰਗਰਾਂ ਵਾਲੇ ਕੋਲ ਚਲੇ ਜਾਂਦੇ ਹਾਂ, ਉੱਥੋਂ ਬਰਗਰ ਖਰੀਦਣੇ ਆ ਉਨੀ ਦੇਰ, ਅਤੇ ਭਾਈ ਵੀ ਆ ਜਾਣਗੇ ਦੁਕਾਨ 'ਤੇ। ਇਹ ਦੁਕਾਨ ਹੈ ਜਿੱਥੋਂ ਅਸੀਂ ਹਮੇਸ਼ਾ ਆਪਣੇ ਮੋਬਾਈਲਾਂ ਦੀ ਜੋ ਵੀ ਖਰਾਬੀ ਖਰੂਬੀ ਹੋਏ ਡਾਟਾ ਕੇਬਲ ਲੈਣੀ ਹੋਏ ਨਾ ਇੱਥੋਂ ਹੀ ਅਸੀਂ ਖਰੀਦਦੇ ਹਾਂ, ਅਤੇ ਮੁਨਾਸਬ ਵੀ ਨੇ ਅਤੇ ਅੱਛੇ ਇਨਸਾਨ ਨੇ। ਅਤੇ ਚਲੋ ਜੀ ਇਹ ਵੇਖੋ ਜੀ ਇਹ ਮੋਬਾਈਲਾਂ ਵਾਲੀ ਖੂਬਸੂਰਤ ਜੀ ਦੁਕਾਨ ਜੇ। ਅਤੇ ਇੱਥੇ ਇਹਨਾਂ ਨੂੰ ਅਸੀਂ ਦੇਤਾ ਮੋਬਾਈਲ, ਮੋਬਾਈਲ ਦਾ ਖਰਚਾ ਵੀ ਪੁੱਛ ਲਿਆ ਕਿ ਕਿੰਨਾ ਖਰਚਾ ਆਏਗਾ। ਅਤੇ ਉਹ ਕਹਿ ਰਹੇ ਨੇ ਜੀ ਅਸੀਂ ਤੁਹਾਡੇ ਕੋਲ ਆਵਾਂਗੇ ਜੀ 4,000 ਰੁਪਇਆ, ਅਤੇ ਮੋਬਾਈਲ ਤੁਹਾਨੂੰ ਖੂਬਸੂਰਤ ਅਤੇ ਨਵਾਂ ਕਰਕੇ ਦਾਂਗੇ। ਇੱਕ ਨਾ ਮੋਬਾਈਲ ਦੇ ਵਿੱਚ ਨਾ ਘੁੱਬ ਜਿਹਾ ਸੀ, ਇਨਕੇ ਜਿਵੇਂ ਮੁੜਿਆ ਨਹੀਂ ਹੁੰਦਾ ਟੇਢਾ ਜਿਹਾ, ਅਤੇ ਉਹ ਕਹਿ ਰਹੇ ਸਨ ਕਿ ਅਸੀਂ ਤੁਹਾਨੂੰ ਉਹ ਵੀ ਠੀਕ ਕਰਕੇ ਦਾਂਗੇ। ਅਤੇ ਅਸੀਂ ਕਿਹਾ ਚਲੋ ਠੀਕ ਹੈ ਜੀ, ਪੈਸੇ ਦੇਣੇ ਪਾਰ ਲੰਘਣਾ। ਅਤੇ ਅਸੀਂ ਉੱਥੇ ਉਹਨਾਂ ਨਾਲ ਗੱਲਬਾਤ ਕੀਤੀ ਅਤੇ ਅਸੀਂ ਚੱਲੇ ਹੁਣ ਯਾਨੀ ਕਿ ਵਾਪਸ। ਅਤੇ ਬਾਹਰ ਨਿਕਲਦੇ ਇਹਨਾਂ ਸਾਹਮਣੇ ਪਠਾਨ ਨੇ ਬੜੀਆਂ ਸੋਹਣੀਆਂ ਜੁੱਤੇ ਲਾਏ ਸੀ ਜੁੱਤੇ। ਅਤੇ ਮੈਂ ਕਿਹਾ ਇਹਨਾਂ ਦੇ ਪਾਪਾ ਨੂੰ ਕਿ ਤੁਸੀਂ ਨਾ ਸਰਦੀਆਂ ਆ ਰਹੀਆਂ ਨੇ ਅੱਗੇ ਜ਼ਿਆਦਾ, ਅਤੇ ਇੱਕ ਜੁੱਤੀ ਖਰੀਦ ਲਓ ਆਪਣੇ ਲਈ ਤਾਂ ਕਿ ਤੁਸੀਂ ਚਿਪਸ ਦੇ ਕੰਮ 'ਚ ਪਾ ਸਕੋ। ਅਤੇ ਇਹਨਾਂ ਨੇ ਕਿਹਾ ਚਲੋ ਠੀਕ ਹੈ ਵੇਖ ਲੈਂਦੇ ਹਾਂ ਜੁੱਤੀਆਂ, ਅਤੇ ਅਗਰ ਤਾਂ ਮੁਨਾਸਬ ਹੋਈ ਤਾਂ ਲੈ ਲਾਂਗੇ। ਲੇਕਿਨ ਉਹਨੇ ਪਠਾਨ ਨੇ ਤਾਂ ਮੂੰਹ ਹੀ ਐਡਾ ਅੱਡਿਆ ਸੀ ਕਿ ਨਹੀਂ ਜੀ ਇਹ 2,500 ਤੋਂ ਤਾਂ ਘੱਟ ਦੇਣੇ ਹੀ ਨਹੀਂ। ਹਾਲਾਂਕਿ ਜੁੱਤੇ ਦੇ ਵਿੱਚ ਨੁਕਸ ਵੀ ਹੈ ਸੀ ਥੋੜ੍ਹਾ ਬਹੁਤ, ਲੇਕਿਨ ਪੀਸ ਬੜਾ ਫਰੈਸ਼ ਅਤੇ ਬੜਾ ਸੌਫਟ ਅਤੇ ਪੈਰ ਜਿਹਦੇ ਵਿੱਚ ਰਹਿਣਗੇ ਨਿੱਘੇ, ਇਹ ਉਹ ਜੁੱਤਾ ਸੀ। ਅਤੇ ਲੇਕਿਨ ਇਹਨਾਂ ਦੇ ਪਾਪਾ ਨੂੰ ਤਾਂ ਬਹੁਤ ਪਸੰਦ ਆ ਗਿਆ ਸੀ। ਪੈਸੇ ਕੋਲ ਹੈ ਨਹੀਂ ਸੀ, ਅਸੀਂ ਉੱਦਾਂ ਹੀ ਉੱਠ ਕੇ ਆ ਗਏ, ਜਿਹੜੇ ਹੈ ਸੀ ਉਹਦੇ ਬਰਗਰ ਲੈ ਲਏ, ਇਨਕੇ ਐਕਸਟਰਾ ਪੈਸੇ ਅਸੀਂ ਨਹੀਂ ਸੀ ਲੈ ਕੇ ਆਏ। ਅਤੇ ਜੁੱਤੇ ਤਾਂ ਜਿੰਨੇ ਵੇਖੋ ਨਾ ਉਨੇ ਹੀ ਵੱਧ ਤੋਂ ਵੱਧ ਪਏ ਨੇ, ਕੀ ਕਰੇ ਬੰਦਾ ਫਿਰ, ਮਹਿੰਗਾਈ ਵੀ ਤਾਂ ਇੰਨੀ ਆ ਗਈ ਹੈ ਨਾ, ਨਵੀਆਂ ਜੁੱਤੀਆਂ ਇੰਨੀਆਂ ਮਹਿੰਗੀਆਂ ਨੇ, ਅਤੇ ਲੰਡੇ ਦਾ ਵੀ ਤਾਂ ਉਹੀ ਹਾਲ ਹੋਏਗਾ ਨਾ।
ਇਹ ਵੇਖੋ ਆ ਜਿਹਦੇ ਉੱਤੇ ਲੱਗੀਆਂ ਨੇ ਨਾ, ਕੀ ਉਹਨੂੰ ਬੋਲਦੇ ਨੇ, ਤਸਮੇ ਤੁਸਮੇ, ਫੈਸ਼ਨੇਬਲ ਯਾਨੀ ਕਿ ਮੁੰਡਿਆਂ ਵਾਲੇ ਜੁੱਤੇ ਬਹੁਤ ਜ਼ਿਆਦਾ ਨੇ। ਐਂ ਵੇਖੋ ਮੈਂ ਇਹਨਾਂ ਦੇ ਪਾਪਾ ਨੂੰ ਕਿਹਾ ਸੀ ਕਿ ਇਹ ਜੁੱਤਾ ਵੇਖ ਲਓ, ਤਾਂ ਕਹਿੰਦਾ ਨਹੀਂ ਇਹ ਮੇਰੇ ਦਾ ਹਿਸਾਬ ਦਾ ਨਹੀਂ ਗਾ। ਉਹ ਸਿੰਪਲ ਜਿਹਾ ਜ਼ਿਆਦਾ ਖੂਬਸੂਰਤ ਸੀ, ਫਰੈਸ਼ ਪੀਸ ਸੀ, ਲੇਕਿਨ ਉਹ ਨਾ ਛੋਟਾ ਹੈ ਪਾਉਣ ਦਾ। ਮੈਂ ਕਿਹਾ ਟਰਾਈ ਤਾਂ ਕਰੋ ਪਾ ਕੇ। ਜਦੋਂ ਉਹਨਾਂ ਨੇ ਪਾ ਕੇ ਵੇਖਿਆ ਤਾਂ ਜੁੱਤੀ ਵਾਕਿਆ ਛੋਟੀ ਨਿਕਲੀ। ਅਤੇ ਅਸੀਂ ਉੱਥੋਂ ਫਿਰ ਸਿੱਧੇ ਚਲੇ ਗਏ ਜੀ ਮੂੰਗਫਲੀ ਵਾਲੇ ਕੋਲ। ਤੁਹਾਨੂੰ ਪਤਾ ਹੈ ਸਰਦੀ ਦੀ ਵੱਡੀ ਸੁਗਾਤ ਅਤੇ ਸਾਗ, ਅਤੇ ਦੂਸਰੀ ਹੈ ਮੂੰਗਫਲੀ। ਮੂੰਗਫਲੀ ਉੱਥੋਂ ਅਸੀਂ ਖਰੀਦੀ ਅਤੇ ਲੋਕ ਸਾਡੇ ਵੱਲ ਵੇਖਣ ਡੇ ਸੀ ਵੀ ਇਹ ਵੀਡੀਓ ਬਣਾਉਣ ਡੇ ਨੇ। ਅਸੀਂ ਫਿਰ ਉਹਨਾਂ ਵੱਲ ਤਾਂ ਨਹੀਂ ਕੀਤਾ, ਅਤੇ ਅਸੀਂ ਫਿਰ ਮੂੰਗਫਲੀ ਵਾਲੇ ਵੱਲ ਹੀ ਆਪਣਾ ਧਿਆਨ ਰੱਖਿਆ, ਤਾਂ ਕਿ ਅਸੀਂ ਨਾ ਮੂੰਗਫਲੀ ਬਣਦੀ ਵਹਾਈਏ ਆਪਣੇ ਭੈਣ ਭਰਾਵਾਂ ਨੂੰ। ਅਤੇ ਇਹ ਪਤਾ ਨਹੀਂ ਕਿਹੜੀ ਚੀਜ਼ ਹੈ ਜਿਹਦੇ ਵਿੱਚ ਨਾ ਮੂੰਗਫਲੀ ਨੂੰ ਹਿਲਾਉਣ ਡਿਆ ਹੈ ਆਦਮੀ, ਅਤੇ ਉਹ ਜੀ ਪੱਕਰੀ। ਚਲੋ ਜੀ ਮੂੰਗਫਲੀ ਸਾਡੀ ਹੋ ਗਈ, 200 ਰੁਪਏ ਦੀ ਲਈ ਅਸੀਂ ਮੂੰਗਫਲੀ, ਅਤੇ ਨਵੀਂ ਨਵੀਂ ਸੁਗਾਤ ਚੈੱਕ ਕਰ ਲਈਏ। ਹੁਣ ਅਸੀਂ ਜਾਂਦੇ ਹਾਂ ਘਰ ਨੂੰ, ਬੱਚੇ ਸਾਡਾ ਇੰਤਜ਼ਾਰ ਕਰ ਰਹੇ ਹੋਣਗੇ। ਬੜਾ ਫੇਰਾ ਤੋਰਾ ਹੋ ਗਿਆ, ਅਤੇ ਬਾਜ਼ਾਰ ਦੀ ਰੌਣਕ ਮੇਲਾ ਹੀ ਇੰਨਾ ਹੁੰਦਾ ਕਿ ਦਿਲ ਹੀ ਨਹੀਂ ਕਰਦਾ ਮੁੜ ਕੇ ਘਰ ਨੂੰ ਜਾਈਏ। ਇਹ ਝੂਲੇ ਛੋਟੇ ਬੱਚਿਆਂ ਦੇ, ਸਾਡੇ ਬੱਚੇ ਤਾਂ ਹੁਣ ਮਾਸ਼ਾਅੱਲਾ ਵੱਡੇ ਹੋ ਗਏ ਨੇ, ਪਰ ਰੋਮਨ ਆ ਸਕਦਾ ਅਗਰ ਉਹਨੂੰ ਅਸੀਂ ਲੈ ਕੇ ਆਈਏ ਤਾਂ। ਅਤੇ ਚਲੋ ਜੀ ਮੈਂ ਆ ਗਈ ਹਾਂ ਘਰ, ਪਾਪਾ ਇਹਨਾਂ ਦੇ ਚਲੇ ਗਏ ਨੇ ਜੀ ਆਪਣੀ ਮੋਟਰਸਾਈਕਲ ਖੜੀ ਕਰਨ, ਅਤੇ ਮੈਂ ਕਿਹਾ ਬੱਚਿਆਂ ਨੂੰ ਜਾ ਕੇ ਗਰਮਾ ਗਰਮ ਦਈਏ ਬਰਗਰ ਅਤੇ ਨਾਲ ਮੂੰਗਫਲੀ। ਬਰਗਰਾਂ ਦੇ ਪੀਸ ਵੇਖੋ ਜੀ, ਇਹਨਾਂ ਨੇ ਕਿਹਾ ਸੀ ਕਿ ਜਿਹੜਾ ਚਿਕਨ ਇਹਨਾਂ ਵਿੱਚ ਉਹ ਹੋਏਗਾ ਜੀ ਜੰਬੋ ਸਾਈਜ਼। ਜੰਬੋ ਸਾਈਜ਼ ਤਾਂ ਹੈ ਵਾ, ਲੇਕਿਨ ਮਜ਼ਾ ਵੀ ਤਾਂ ਹੋਏ ਨਾ। ਨਵੀਂ ਦੁਕਾਨ ਵੇਖੋ ਕੀ ਟੇਸਟ ਹੁੰਦਾ ਕੀ ਨਹੀਂ ਹੁੰਦਾ। ਜਿੱਥੋਂ ਪਹਿਲੇ ਲਿਆਈ ਦੇ ਨਾ ਉਹ ਬਹੁਤ ਮਜ਼ੇ ਦੇ ਹੁੰਦੇ ਨੇ ਅਤੇ ਬਹੁਤ ਸਪਾਈਸੀ ਹੁੰਦੇ ਨੇ ਕਿ ਇੱਥੋਂ ਤੱਕ ਕਿ ਪੇਟ ਖਰਾਬ ਹੋ ਜਾਂਦਾ। ਅਤੇ ਮੈਂ ਕਿਹਾ ਜਿਹੜੇ ਜੰਬੋ ਸਾਈਜ਼ ਐਕਸਟਰਾ ਸੈੜਾਂ ਨੂੰ ਨਿਕਲਿਆ ਹੈ ਨਾ ਚਿਕਨ, ਉਹ ਮੈਂ ਬੱਚਿਆਂ ਨੂੰ ਕੱਟ ਕੇ ਦੇ ਦਿੰਦੀ ਹਾਂ, ਤਾਂ ਕਿ ਨਾ ਉਹ ਸੈੜਾਂ 'ਤੇ ਜ਼ਾਹਰੀ ਗੱਲ ਇੱਦਾਂ ਤਾਂ ਖਾਧਾ ਵੀ ਕੋਈ ਨਹੀਂ ਜਾਣਾ। ਮੈਂ ਫੜੀ ਛੁਰੀ ਅਤੇ ਫੇਰ ਦਿੱਤੀ ਜੀ ਬਰਗਰ ਨੂੰ ਵੀ ਚਿਕਨ ਨੂੰ ਵੀ, ਅਤੇ ਬਹੁਤ ਜ਼ਿਆਦਾ ਨਾ ਉਹਨਾਂ ਨੇ ਓਇਲ ਦਾ ਇਸਤੇਮਾਲ ਕੀਤਾ ਚਿਕਨ ਦੇ ਵਿੱਚ ਵੀ, ਅਤੇ ਬਰਗਰਾਂ ਨੂੰ ਵੀ ਲਾ ਕੇ ਨਾ ਉਹਨਾਂ ਨੇ ਫਰਾਈ ਕੀਤਾ ਕਿ ਮੇਰੇ ਹੱਥ ਨਾ ਭਰ ਗਏ ਨੇ ਘਿਓ ਦੇ ਨਾਲ। ਬਰਲ ਕੀ ਕਰੀਏ, ਦੋ ਬਰਗਰ ਨੇ, ਚਾਰ ਲੋਕ ਹਾਂ, ਕੱਟਣਾ ਵੀ ਹੈ ਖਾਣਾ ਵੀ ਹੈ। ਅਤੇ ਇਹਨਾਂ ਦੇ ਪਾਪਾ ਨੇ ਤਾਂ ਬਰਗਰ ਕੋਈ ਨਹੀਂ ਖਾਣਾ, ਕਿਉਂਕਿ ਉਹ ਕਹਿੰਦੇ ਨੇ ਮੈਂ ਤਾਂ ਬਰਗਰ ਖਾਣ ਨਾਲ ਹੋ ਜਾਂਦਾ ਵਾਂ ਮੋਟਾ। ਅਤੇ ਅਸੀਂ ਵੀ ਕਾਫੀ ਦੇਰ ਬਾਅਦ ਹੀ ਟਰਾਈ ਕਰ ਰਹੇ ਹਾਂ, ਅਤੇ ਇਸ ਵਜ੍ਹਾ ਤੋਂ ਨਵੀਂ ਵੀ ਦੁਕਾਨ ਸੀ, ਵੈਸੇ ਵੀ ਟੇਸਟ ਕਰਨਾ ਚਾਹੀਦਾ ਨਵੀਆਂ ਦੁਕਾਨਾਂ ਤੋਂ। ਅਤੇ ਜੇ ਤਾਂ ਹੋਏਗਾ ਨਾ ਮਜ਼ੇਦਾਰ ਅਤੇ ਸ਼ਾਨਦਾਰ, ਅਤੇ ਦੁਬਾਰਾ ਫਿਰ ਉੱਥੇ ਜਾਵਾਂਗੇ, ਅਤੇ ਜੇ ਨਾ ਹੋਇਆ ਤਾਂ ਨਹੀਂ ਜਾਵਾਂਗੇ। ਫਿਰ ਅਸੀਂ ਜਾਵਾਂਗੇ ਜੀ ਆਪਣੇ ਜਿਹੜੇ ਜਿੱਥੋਂ ਅੱਗੇ ਲਿਆਈ ਦੇ ਨਾ ਉੱਥੇ ਜਾਵਾਂਗੇ। ਬਹੁਤ ਸਪਾਈਸੀ ਹੁੰਦੇ ਨੇ ਬਰਗਰ, ਅਤੇ ਤੁਹਾਨੂੰ ਪਤਾ ਕਿ ਚੀਜ਼ ਦਾ ਵੀ ਉਹੀ ਖਾਣ ਦਾ ਮਜ਼ਾ ਆਉਂਦਾ ਜਿਹੜੀ ਸਪਾਈਸੀ ਵੀ ਹੋਏ ਅਤੇ ਮਜ਼ੇ ਦੀ ਵੀ ਹੋਏ। ਅਤੇ ਚਲੋ ਜੀ ਬਰਗਰ ਨੂੰ ਹੁਣ ਕਰਦੇ ਹਾਂ ਚੈੱਕ, ਅਤੇ ਇਹਦਾ ਟੇਸਟ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਹਾਂ ਕਿ ਕੈਸਾ ਹੈ ਕੈਸਾ ਨਹੀਂ ਹੈ। ਬਸ ਦਰਮਿਆਨਾ ਜਿਹਾ ਇਹ ਵਿੱਚ ਅਸੀਂ ਨਾ ਸੈਲਡ ਆਉਂਦੇ ਨੇ, ਚੈਨਲ ਜ਼ਰੂਰ ਸਬਸਕ੍ਰਾਈਬ ਕਰਨਾ। ਅੱਲਾ ਹਾਫਿਜ਼।